NDPS ਦੇ ਤਹਿਤ 99 ਮੁਕੱਦਮੇ ਦਰਜ ਹੋਏ ਨੇ, ਜਿਨ੍ਹਾਂ ਦੇ ਵਿੱਚ 155 ਬੰਦੇ ਗ੍ਰਿਫਤਾਰ ਹੋਏ ਨੇ ਅਤੇ ਟੋਟਲ 32 ਕਿਲੋ 550 ਗ੍ਰਾਮ ਜਿਹੜੀ ਹੀਰੋਇਨ ਰਿਕਵਰ ਹੋਈ ਆ, ਜਿਹੜਾ ਕਿ ਆਪਦੇ ਆਪ 'ਚ ਇੱਕ ਰਿਕਾਰਡ ਆ। ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇੰਨੀ ਟੋਟਲ ਕੁਆਂਟਿਟੀ ਰਿਕਵਰ ਨਹੀਂ ਹੋਈ ਸੀ ਜਿਹੜੀ ਪਿਛਲੇ 2 ਮਹੀਨਿਆਂ 'ਚ ਹੋਈ ਆ। ਇਸੇ ਤਰ੍ਹਾਂ ਅਫੀਮ 9 ਕਿਲੋ ਅਤੇ ਡਰੱਗ ਮਨੀ 1,18,00,000 ਰੁਪਇਆ ਡਰੱਗ ਮਨੀ ਆ ਜਿਹੜੀ ਇਹਨਾਂ ਸਮਗਲਰਸ ਤੋਂ ਬਰਾਮਦ ਹੋਈ ਆ, ਅਤੇ ਬਾਕੀ ਜਿਹੜੇ ਹੋਰ ਵਹੀਕਲਸ ਨੇ ਉਹ ਨਾਲ ਹੋਏ ਨੇ। ਇਸੇ ਤਰ੍ਹਾਂ ਆਰਮਜ਼ ਐਕਟ ਤਹਿਤ ਜਿਹੜੇ ਬੰਦੇ ਫਾਇਰਿੰਗ ਜਾਂ ਆਰਮਜ਼ ਐਕਟ ਲੈ ਕੇ ਜੇ ਕ੍ਰਾਈਮ ਕਮਿਟ ਕਰਦੇ ਸੀ, ਉਹਨਾਂ ਦੇ 8 ਮੁਕੱਦਮੇ ਦਰਜ ਕਰਕੇ ਜਿਨ੍ਹਾਂ 'ਚੋਂ 16 ਬੰਦੇ ਅਰੈਸਟ ਹੋਏ ਸੀ, ਅਤੇ ਜਿਨ੍ਹਾਂ ਤੋਂ ਕਰੀਬ 25 ਜਿਹੜੇ ਪਿਸਟਲ ਉਬਲੀਕ ਮੌਜ਼ਰ ਜਿਹੜੇ ਵੈਪਨ ਸੀ ਅਤੇ 3 ਰਿਵਾਲਵਰ ਉਹ ਉਹਨਾਂ ਤੋਂ ਰਿਕਵਰ ਹੋਏ ਨੇ। ਇਸੇ ਤਰ੍ਹਾਂ ਐਕਸਾਈਜ਼ ਐਕਟ ਤਹਿਤ 55 ਮੁਕੱਦਮੇ ਦਰਜ ਕਰਕੇ 57 ਬੰਦੇ ਅਰੈਸਟ ਕੀਤੇ ਨੇ, ਅਤੇ ਕਰੀਬ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਆ ਉਹ ਸ਼ਰਾਬ ਆ ਜਿਹੜੀ ਉਹ ਰਿਕਵਰ ਹੋਈ ਆ। ਇਸੇ ਤਰ੍ਹਾਂ ਡਰੱਗ ਸਮਗਲਰਸ ਦੀ ਵੱਲੋਂ ਜਿਹੜੀ ਆ ਨਜਾਇਜ਼ ਜਿਹੜੇ ਉਹਨਾਂ ਦੇ ਇਹੋ ਜਿਹੇ ਧੰਦਿਆਂ ਤੋਂ ਉਹਨਾਂ ਨੂੰ ਅਰਨ ਕਰਕੇ ਜਿਹੜੇ ਉਹਨਾਂ ਨੇ ਪੈਸੇ ਕਮਾਏ ਸੀ, ਉਹਦੇ ਤਹਿਤ 1,92,00,000 ਰੁਪਏ ਦੀ ਜਿਹੜੀ ਪ੍ਰੋਪਰਟੀ ਆ, ਜਿਹਨੂੰ 68 ਐਫ ਕੇਸਿਸ ਕਹਿੰਦੇ ਨੇ, 4 ਕੇਸਾਂ ਦੇ ਵਿੱਚ ਉਹ ਕੰਪੀਟੈਂਟ ਅਥੋਰਿਟੀ ਵੱਲੋਂ ਜਿਹੜੀ ਆ ਪ੍ਰਵਾਨ ਕੀਤੀ ਗਈ ਆ, ਅਤੇ 1,92,00,000 ਰੁਪਏ ਦੀ ਪ੍ਰੋਪਰਟੀ ਆ ਉਹਨਾਂ ਦੀ ਕੰਨਫਿਸਕੇਟ ਕੀਤੀ ਆ। ਇਸੇ ਤਰ੍ਹਾਂ 755 ਬੰਦੇ ਪ੍ਰੀਵੈਂਟਿਵ ਐਕਸ਼ਨ ਲਏ ਨੇ, 111 ਜਿਹੜੇ ਭਗੌੜੇ ਨੇ ਜਿਹੜੇ ਡਰੱਗਸ ਦੇ ਵਿੱਚ ਜਾਂ ਹੋਰ ਕੇਸਾਂ ਦੇ ਵਿੱਚ ਭਗੌੜੇ ਸੀ, 111 ਭਗੌੜੇ ਗ੍ਰਿਫਤਾਰ ਹੋਏ ਨੇ। ਅਤੇ ਹੋਰ ਸੰਗੀਨ ਜੁਰਮਾਂ ਦੇ ਤਹਿਤ ਜਿਹੜੇ ਪੁਰਾਣੇ ਹੋਰ ਦੋਸ਼ੀ ਭਗੌੜੇ ਸੀ ਉਹ 18 ਬੰਦੇ ਗ੍ਰਿਫਤਾਰ ਹੋਏ ਨੇ। ਇਸੇ ਤਰ੍ਹਾਂ ਅਵੇਅਰਨੈਸ ਸਕੀਮ ਦੇ ਤਹਿਤ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਕਰੀਬ 85 ਸੈਮੀਨਾਰ ਲਾਏ ਨੇ, ਜੋ ਕਿ ਲਗਾਤਾਰ ਆਲਮੋਸਟ ਮੋਰ ਦੈਨ 1 ਜਿਹੜਾ ਹੈਗਾ ਸੈਮੀਨਾਰ ਆ ਹਰ ਰੋਜ਼ ਦਾ ਐਵਰੇਜ ਉਹ ਜਿਹੜੀ ਸਾਡੀ ਪੈ ਰਹੀ ਆ, ਤਾਂ ਕਿ ਨਵੇਂ ਜਿਹੜੀ ਆ ਜਵਾਨੀ ਨੂੰ ਜਾਗਰੂਕ ਕਰਕੇ ਉਹਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਸੁਚੇਤ ਕੀਤਾ ਜਾਵੇ, ਅਤੇ ਸਾਡੇ ਨਵੇਂ ਜਿਹੜੇ ਨੌਜਵਾਨ ਆ ਨਵੀਂ ਜਨਤਾ ਹੈਗੀ ਆ ਉਹ ਨਸ਼ਿਆਂ ਤੋਂ ਦੂਰ ਰਹੇ। ਇਸੇ ਲੜੀ ਦੇ ਵਿੱਚ 15 ਅਗਸਤ ਦੇ ਸਾਰੇ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਵਿਸ਼ੇਸ਼ ਨਾਕਾਬੰਦੀ, ਵਿਸ਼ੇਸ਼ ਚੈਕਿੰਗਸ, ਹੋਟਲ ਚੈਕਿੰਗਸ ਅਤੇ ਸਾਰੇ ਤਰ੍ਹਾਂ ਦੀ ਜਿਹੜੀ ਆ ਉਹ ਸਖਤੀ ਵਰਤੀ ਜਾ ਰਹੀ ਆ। ਉਹਦੇ ਤਹਿਤ ਕੱਲ੍ਹ 1 ਵਿਅਕਤੀ ਹਰ ਸਵਰੂਪ ਸਿੰਘ, ਸਨ ਆਫ ਸਤਨਾਮ ਸਿੰਘ, ਪਿੰਡ ਨਵੇਂ ਨਾਗ ਮਜੀਠਾ ਰੋਡ, ਜਿਹੜਾ ਕਿ BSc ਐਗਰੀਕਲਚਰ ਖਾਲਸਾ ਕਾਲਜ 'ਚ ਪੜ੍ਹਾਈ ਕਰਦਾ, ਇਹਨੂੰ 3 ਪਿਸਤੌਲ 30 ਬੋਰ ਦੇ ਜਿਹੜੇ ਕਿ ਇਹਨੇ ਪਾਰ ਪਾਕਿਸਤਾਨ ਤੋਂ ਮੰਗਵਾਏ ਸੀ, 1 ਥਾਰ ਗੱਡੀ ਆ ਜਿਹੜੀ ਕਿ ਹਲੇ ਟੈਂਪਰੇਰੀ ਨੰਬਰ ਆ, ਉਹਦੇ ਤਹਿਤ ਇਹਨੂੰ ਰਣਜੀਤ ਐਵਨਿਊ ਦੇ ਦੌਰਾਨ ਨਾਕਾਬੰਦੀ ਦੌਰਾਨ ਇਹਨੂੰ ਗ੍ਰਿਫਤਾਰ ਕਰਕੇ ਇਸ ਨੂੰ ਇਹਦੀ ਅਰੈਸਟ ਪਾਈ ਆ। ਇਸ ਤਰ੍ਹਾਂ ਕਮਿਸ਼ਨਰੇਟ ਵੱਲੋਂ ਅੰਮ੍ਰਿਤਸਰ ਵੱਲੋਂ ਆਪਣੀ ਜਿਹੜੀ ਕ੍ਰਾਈਮ ਮੁਕਤ ਸੁਸਾਇਟੀ ਕਰਨੀ ਅਤੇ ਨਸ਼ਾ ਮੁਕਤ ਸੁਸਾਇਟੀ ਕਰਨ ਤਹਿਤ ਬਹੁਤ ਅਹਿਮ ਯੋਗਦਾਨ ਪਾ ਕੇ ਆਪਣੀ ਭੂਮਿਕਾ ਨਿਭਾਈ ਜਾ ਰਹੀ ਆ। ਇਹਦੇ ਲਈ ਸਾਰੀ ਟੀਮ ਵਰਕ, ਸਾਡੇ ਸਾਰੇ ਅਧਿਕਾਰੀ, ਸਾਰੇ ਕਰਮਚਾਰੀ ਆ ਜਿਹੜੇ ਉਹ ਇੱਕਜੁੱਟ ਹੋ ਕੇ ਦਿਲ ਅਤੇ ਲਗਨ ਦੇ ਨਾਲ ਮਿਹਨਤ ਕਰ ਰਹੇ ਨੇ, ਅਤੇ ਇਹ ਗਾਂਹ ਨੂੰ ਵੀ ਇਸੇ ਤਰ੍ਹਾਂ ਜਿਹੜੀ ਆ ਕਮਿਸ਼ਨਰੇਟ ਪੁਲਿਸ ਆ ਇਸ ਕਮਿਸ਼ਨਰੇਟ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਅਤੇ ਕ੍ਰਾਈਮ ਮੁਕਤ ਕਰਨ 'ਚ ਆਪਣਾ ਯੋਗਦਾਨ ਜਾਰੀ ਰੱਖੇ। ਸਰ, BSc ਐਗਰੀਕਲਚਰ ਕਿਵੇਂ ਪਾਕਿਸਤਾਨ ਦੇ ਹੈਡਲਰਸ ਦੇ ਸੰਪਰਕ 'ਚ ਆਇਆ? ਉਹ ਕਿਹੜਾ ਗੈਂਗ ਇਹਨਾਂ ਦਾ? ਉਹ ਰੀਸੈਂਟਲੀ ਇਹ ਕੱਲ੍ਹ ਸ਼ਾਮ ਦੀ ਫੜੇ ਆ, ਇਹਨਾਂ ਦੀ ਜਿਹੜੀ ਆ ਇਨਵੈਸਟੀਗੇਸ਼ਨ ਪ੍ਰਭਾਵਿਤ ਹੋਵੇਗੀ, ਉਹ ਮੈਟਰ ਆਫ ਇਨਵੈਸਟੀਗੇਸ਼ਨ ਆ। ਹੋਰ ਬੰਦੇ ਹੈਗੇ? ਹਾਂਜੀ, ਹੋਰ ਬੰਦੇ ਹੈਗੇ ਨੇ। ਇਹਦੇ ਜਿਹੜੇ ਸੋਰਸ ਆ ਇਹ ਸਾਰੇ ਬਾਹਰੋਂ ਮੰਗਵਾਏ ਹੋਏ ਨੇ 3 ਵੈਪਨ,
ਇਹ ਵੈਪਨ ਜਿਹੜੇ ਕਿਹਦੇ ਰਾਹੀਂ ਆਉਂਦੇ ਆ, ਕੀ ਆਉਂਦੇ ਆ, ਉਹਦੀ ਡਿਟੇਲ ਆ ਤੁਹਾਨੂੰ ਆਉਂਦੇ ਦੇਣਾ ਸ਼ੇਅਰ ਕਰ। ਕ੍ਰੋਸ ਬਾਰਡਰ ਸਮਗਲਿੰਗ ਹੋਈ ਹੈ? ਹਾਂਜੀ, ਕ੍ਰੋਸ ਬਾਰਡਰ, ਪਾਕਿਸਤਾਨ ਤੋਂ ਆਏ ਨੇ? ਹਾਂਜੀ, ਪਾਕਿਸਤਾਨ ਤੋਂ ਆਏ। ਤੇ ਕਿੱਧਰ ਯੂਜ਼ ਹੋਣੇ ਸੀ, ਕੁਝ ਜਾਣਕਾਰੀ? ਕਿਸੇ ਗੈਂਗ ਨਾਲ ਕੱਲਕ ਰੱਖਦਾ ਬੰਦਾ? ਉਹ ਸਾਰੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ, ਹਲੇ ਬਹੁਤ ਸ਼ਾਰਟ ਨੋਟਿਸ ਅਸੀਂ ਪੀਸੀ ਕੀਤੀ ਆ ਕਿਉਂਕਿ ਅਸੀਂ ਵੀ ਬਿਜ਼ੀ ਸੀਗੇ ਤੇ ਉਹ ਤੁਹਾਨੂੰ ਸਾਰੀ। ਪਹਿਲਾਂ ਤੋਂ ਕ੍ਰਿਮੀਨਲ ਰਿਕਾਰਡ ਹੈਗਾ ਸੀ? ਨਹੀਂ, ਇਹਦਾ ਕ੍ਰਿਮੀਨਲ ਰਿਕਾਰਡ ਨਹੀਂ। ਸਰ, ਇੱਕ ਬੀਐਸਸੀ ਐਗਰੀਕਲਚਰ ਦਾ ਸਟੂਡੈਂਟ ਹੈ, ਇੱਕ ਬਹੁਤ ਵੱਡੀ ਪੜ੍ਹਾਈ ਹੈ, ਉਹ ਕਿਵੇਂ ਇਨਵੋਲਵਡ ਹੋਇਆ ਇਹਦੇ ਚ? ਉਹ ਸਾਰੇ ਸਾਰੇ ਪ੍ਰੋਜ਼ ਕੌਨ ਜਿਹੜੇ ਹੈਗੇ ਨੇ ਉਹਦੀ ਡਿਟੇਲ ਦਾ ਜਿਹੜੀ ਅਸੀਂ ਵਰਕਆਊਟ ਕਰ ਰਹੇ ਹਾਂ। ਪਤਾ ਕੀ ਬਾਤ ਤੇ ਸ਼ੇਅਰ ਨਹੀਂ ਹੁੰਦਾ, ਕਾਈਂਡਲੀ ਸਾਨੂੰ ਜਾ ਕੇ ਪ੍ਰੋਪਰ ਦੱਸ ਦਈ ਕਿਉਂਕਿ ਇਹਦੇ ਹੋਰ ਵੀ ਸਟੂਡੈਂਟ ਇਹਦੇ ਨਾਲ ਹੋਣਗੇ। ਸਟੂਡੈਂਟ ਨਹੀਂ ਹੈ, ਜਿਹੜੇ ਬੰਦਿਆਂ ਦੇ ਰਾਹੀਂ ਨੇ ਵੈਪਨ ਜਿਹੜੇ ਉਹ ਹਾਸਲ ਕੀਤੇ ਨੇ ਉਹ ਰੂਰਲ ਅੰਮ੍ਰਿਤਸਰ ਜਾਂ ਤਰਨ ਤਾਰਨ ਦੇ ਜਿਹੜੇ ਕੁਛ ਵਿਅਕਤੀ ਹੈਗੇ ਆ ਜਿਨ੍ਹਾਂ ਨੂੰ ਅਸੀਂ ਬਾਏ ਨੇ ਉਜਾਗਰ ਨਹੀਂ ਕਰਨਾ, ਉਹ ਹੈਗੇ ਆ, ਉਹਨਾਂ ਦੇ ਨਾਲ ਇਹਦੇ ਲਿੰਕ ਅਸਟੈਬਲਿਸ਼ ਹੋਏ ਨੇ, ਉਹਨਾਂ ਦੇ ਰਾਹੀਂ ਨੇ ਵੈਪਨ। ਤੁਸੀਂ ਕਿਹਾ ਨਾ ਬੀ ਐੱਸ ਸੀ ਐਗਰੀਕਲਚਰ ਦਾ ਸਟੂਡੈਂਟ ਹੈ, ਪੜ੍ਹਾਈ ਕਰ ਰਿਹਾ ਸੀ ਨਾ ਕੋਲ? ਹਾਂਜੀ, ਕਰ ਰਿਹਾ ਸੀ। ਇੱਕ ਸਰ, ਤੁਸੀਂ ਅੱਜ ਇੱਕ ਹੋਰ ਜ਼ਿਕਰ ਕੀਤਾ, ਦੇਖੋ ਹਰ ਤੁਹਾਡੀ ਡਿਟੇਲ ਆ ਗਈ, 32 ਕਿਲੋ ਹੈਰੋਇਨ ਪਿਛਲੇ ਜਿਹੜੀ ਆ ਤਕਰੀਬਨ 1.5 ਮਹੀਨੇ ਤੁਸੀਂ ਵੱਡੇ ਡਰੱਗ ਮਨੀ ਇਸ ਦੇ ਵਿੱਚ ਬਹੁਤ ਜ਼ਿਆਦਾ, ਦੋਵੇਂ ਐਂਗਲਾਂ ਨਾਲ ਵੇਖਿਆ ਜਾਵੇ ਜੀ, ਇੱਕ ਤਾਂ ਇਹ ਵੀ ਕਹਿ ਸਕਦੇ ਪੁਲਿਸ ਚੰਗਾ ਕੰਮ ਕਰ ਰਹੀ, ਬਟ ਇੰਨੀ ਹੈਰੋਇਨ ਆ ਵੀ ਤਾਂ ਰਹੀ ਆ, ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ? ਇਹ ਡਰੋਨ ਐਕਟੀਵਿਟੀ ਰਾਹੀਂ ਬਾਰਡਰ ਤੋਂ ਕ੍ਰੋਸ ਜਿਹੜੀ ਹੈਗੀ ਆ ਉਹ ਪਾਕਿਸਤਾਨ ਦੀ ਸਾਜਿਸ਼ ਆ, ਉੱਥੋਂ ਦੀ ਜਿਹੜੀ ISI ਹੈ ਮਿਲੀ ਹੋਈ ਆ ਉਹਦੇ ਤਹਿਤ ਲਗਾਤਾਰ ਆ ਰਹੀ ਆ, ਪਰ ਅਸੀਂ ਉਹਨੂੰ ਕਾਫੀ ਹੱਦ ਤੱਕ ਆ ਉਹਨੂੰ ਜਿਹੜੀ ਆਉਂਦੀ ਆ ਅਸੀਂ ਇੱਥੇ ਉਹਨੂੰ ਫੜ ਕੇ ਉਹਨਾਂ ਨੂੰ ਜਿਹੜੇ ਹੈਗੇ ਨੇ ਪੈਡਲਰ ਹੈਗੇ ਨੇ ਜਿਹੜੇ ਉਹਨਾਂ ਦੇ ਸਮਗਲਰ ਹੈਗੇ ਨੇ ਜਿਹੜੇ ਉਹਨਾਂ ਦੇ ਪਾਂਡੀ ਹੈਗੇ ਨੇ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ, ਤਾਂ ਹੀ ਉਹ ਜਿਹੜੀ ਕਰੀਬ 155 ਬੰਦੇ ਫੜੇ ਗਏ ਨੇ। ਸਰ, ਕਿੰਨੀ ਰਿਕਵਰੀ ਹੈ? ਕਿਉਂਕਿ ਰਿਕਵਰੀ ਪੈਸਾ ਬਹੁਤ ਰਿਕਵਰ ਹੋਇਆ, ਤੂੰ ਕਿੰਨੀ ਕਾਮਯਾਬੀ ਸਮੇਤ? ਬਹੁਤ ਵੱਡੀ ਰਿਕਵਰੀ ਹੈ ਜੀ, 32 ਕਿਲੋ ਜੇ ਪੁਰਾਣਾ ਡਿਟੇਲ ਕੱਢੋਗੇ ਕਾਫੀ ਲੰਬੇ ਸਮੇਂ ਤੋਂ ਇੰਨੀ ਨਹੀਂ ਹੋਈ ਸੀ, ਜੇ ਇਹ ਦੋ ਕੈਸ਼ ਦੀ ਗੱਲ ਕਰੀਏ, ਦੋਵੇਂ ਇਕੱਠੇ ਕੈਸ਼ ਵੀ 1,18,00,000 ਰੁਪਇਆ ਹੈਗਾ, ਹੋਰ ਵੱਖ ਹੋਰ ਕੁਛ ਏਜੰਸੀਆਂ ਨੇ ਹੋਰ ਵੀ ਜਿਹੜਾ ਇੱਦਾਂ ਦਾ ਜਿਹੜਾ ਪੈਸਾ ਫੜਿਆ, ਕਾਫੀ ਪੈਸਾ ਇਨਵੋਲਵ ਹੋਣ ਕਰਕੇ ਜਿਹੜੀ ਇਹ ਸਮਗਲਿੰਗ ਆ ਜਿਹੜੀ ਇਹ ਉਤਸ਼ਾਹਿਤ ਹੋ ਗਿਆ। ਸਰ, ਫਿਰੋਜ਼ਪੁਰ ਵੀ ਤੁਸੀਂ ਰਹੇ ਹੋ, ਉੱਥੇ ਜ਼ਿਆਦਾ ਇਹਦਾ ਫਲੋ ਆ ਜਾਂ ਅੰਮ੍ਰਿਤਸਰ 'ਚ ਫਲੋ ਆ ਜਾਂ ਬਰਾਬਰ ਹੀ ਫਲੋ ਜੀ ਬਾਰਡਰ ਦੇ ਏਰੀਏ ਤੇ? ਇਹ ਡਿਪੈਂਡ ਕਰਦਾ, ਇੱਥੇ ਅੰਮ੍ਰਿਤਸਰ ਸ਼ਹਿਰ ਆ ਜਿਹੜਾ ਮੇਨ ਜਿਹੜਾ ਸ਼ਹਿਰ ਹੋਣ ਕਰਕੇ ਆਸੇ ਪਾਸੇ ਜਿਹੜਾ ਹੈਗਾ ਬਟਾਲਾ ਤਰਨ ਤਾਰਨ ਰੂਰਲ ਦੇ ਜਿਹੜਾ ਕਾਫੀ ਏਰੀਆ ਇੱਦਾਂ ਲੱਗਣ ਦੇ ਕਰਕੇ ਸਾਰਿਆਂ ਦਾ ਜਿਹੜਾ ਇੱਕ ਤਰ੍ਹਾਂ ਦੀ ਸੈਂਟਰਲ ਪੁਆਇੰਟ ਆ ਜਿਹੜਾ ਉਸ ਅੰਮ੍ਰਿਤਸਰ ਹੋਣ ਕਰਕੇ ਥੋੜ੍ਹਾ ਜਿਹਾ ਇੱਧਰ ਵੀ ਹੈਗਾ, ਉੱਧਰ ਜਿਹੜਾ ਹੈਗਾ ਉਹ ਅਲੱਗ ਤਰੀਕੇ ਦਾ ਹੈਗਾ, ਇੱਧਰ ਜਿਹੜੀ ਥਿਕਲੀ ਪਾਪੂਲੇਟਡ ਜਿਹੜੀ ਹੈਗੀ ਆ ਆਬਾਦੀ ਹੈਗੀ ਆ ਬਾਰਡਰ ਦੇ ਨਾਲ ਨਾਲ, ਜਿਹੜਾ ਫਿਰੋਜ਼ਪੁਰ ਆ ਉਹ ਕੰਪੈਰੇਟਿਵਲੀ ਘੱਟ ਥਿਕਲੀ ਪਾਪੂਲੇਟਡ ਆ, ਜਿਹੜਾ ਫਾਜ਼ਿਲਕਾ ਉਹ ਤੋਂ ਵੀ ਘੱਟ ਹੈ, ਇਸ ਤਰ੍ਹਾਂ ਦੇ ਸਾਰੇ ਟ੍ਰੈਂਡ ਆ। ਕਈ ਇੱਧਰੋਂ ਪਿਛਲੇ ਜੇ ਅਸੀਂ ਬੰਦੇ ਫੜੇ ਸੀ ਜਿਹੜੇ ਅਜਨਾਲੇ ਵੱਲੋਂ ਉਹ ਹੈ ਫਿਰੋਜ਼ਪੁਰ ਦੇ ਸੀ, ਇੱਧਰੋਂ ਉੱਧਰ ਆਉਂਦੇ ਸੀ, ਕੋਈ ਉੱਧਰੋਂ ਇੱਧਰ ਆਉਂਦੇ ਨੇ, ਇਹ ਸਾਰਾ ਜਿਹਨੂੰ ਪੈਸਾ ਇਹਨੂੰ ਇਸ ਤਰੀਕੇ ਨਾਲ ਕਰਨ ਦਾ ਜਿਹੜਾ ਕ੍ਰਾਈਮ ਕਰਨ ਦਾ ਭੁੱਸ ਪੈ ਜੇ ਉਹ ਇਹ ਨਹੀਂ ਦੇਖਦੇ ਵੀ ਕਿਹੜੇ ਇਲਾਕੇ 'ਚ ਹੁੰਦਾ ਕਿੱਥੇ ਹੁੰਦਾ, ਜਿਸ ਤਰੀਕੇ ਨਾਲ ਜੇ ਕਿਸੇ ਇੱਕ ਪਾਸੇ ਸਖਤੀ ਹੁੰਦੀ ਆ ਉਹ ਡਰੋਨ ਮੂਵਮੈਂਟ ਦੂਸਰੇ ਪਾਸੇ ਵੱਧ ਜਾਂਦੀ ਆ, ਜੇ ਉੱਧਰ ਕਦੇ ਸਖਤੀ ਹੋਊਗੀ ਇੱਧਰ ਕਮੀ ਰਹੇਗੀ, ਉਹਨਾਂ ਨੇ ਆਪਣੀ ਓਪਰਚੁਨਿਟੀ ਦੇਖਣੀ ਆ ਉਸ ਮੌਕੇ ਮੁਤਾਬਕ ਕੰਮ ਕਰਨਾ। ਨਹੀਂ, ਐਜ਼ ਆਫ ਨਾਓ ਕਿਸੇ ਨਾਲ ਤਾਂ ਉਸ ਤਰ੍ਹਾਂ ਦਾ ਉਸ ਉਹਨਾਂ ਨਾਲ ਕੋਈ ਲਿੰਕ ਨਹੀਂ ਸਟਿਲ। ਸਰ, ਜਿਹੜਾ ਸਟੂਡੈਂਟ ਫੜਿਆ ਵਾ ਉਹਦੀ ਬੈਕਗ੍ਰਾਉਂਡ ਕੀ ਹੈ, ਜਿਹੜੀ ਉਹਦੇ ਕੋਲ ਥਾਰ ਬਰਾਮਦ ਕੀਤੀ ਗਈ ਆ ਉਹ ਕਿਹਦੇ ਨਾਂ ਤੇ ਸੀ, ਉਹਦੀ ਆਪਣੀ ਸੀ ਜਾਂ ਕਿਸ ਤਰ੍ਹਾਂ ਉਹਨੇ ਲਈ ਸੀ, ਉਹਦੇ ਬਾਰੇ ਥੋੜਾ ਜਿਹਾ? ਉਹ ਸਾਰੀ ਹਲੇ ਉਹ ਇਨਵੈਸਟੀਗੇਟ ਕਰ ਰਹੇ ਹਾਂ, ਸਾਰੀ ਡਿਟੇਲ ਤੁਹਾਨੂੰ ਦੇ ਦਿਆਂਗੇ। ਉਹਦੀ ਬੈਕਗ੍ਰਾਉਂਡ ਤੁਸੀਂ ਦੱਸ ਸਕਦੇ? ਉਹ ਥਾਰ ਹਲੇ ਨਵੀਂ ਹੈਗੀ ਆ, ਥਾਰ ਉਹਦਾ ਅਗਾਂਹ ਕਿੱਥੋਂ ਲਿੰਕ ਆ, ਕਿੱਥੋਂ ਪੈਸੇ ਆ, ਰਜਿਸਟ੍ਰੇਸ਼ਨ ਹਲੇ ਹੋਈ ਨਹੀਂ, ਰਜਿਸਟ੍ਰੇਸ਼ਨ ਉਹਦੀ ਨਵੀਂ ਆ, ਮਤਲਬ ਟੈਂਪਰੇਰੀ ਨੰਬਰ ਹੈਗਾ, ਪਰਮਾਨੈਂਟ ਰਜਿਸਟ੍ਰੇਸ਼ਨ ਵੀ ਨਹੀਂ ਹੋਈ। ਇਹਦੀ ਫੈਮਿਲੀ ਬੈਕਗ੍ਰਾਉਂਡ ਕਿਸਾਨੀ ਆ, ਛੋਟੇ ਬੰਦੇ ਆ, ਕੋਈ ਬਹੁਤੇ ਵੱਡੇ ਨਹੀਂ ਹੈਗੇ, ਉਹ ਸਾਰੇ ਚੈੱਕ ਕਰ ਰਹੇ ਹਾਂ, ਜਿਹੜਾ ਵੀ ਜੇ ਕੋਈ ਇਹਦਾ ਡਰੱਗਸ ਦੇ ਨਾਲ ਜੁੜੇਗਾ
ਤਾਂ ਇਸ ਨੂੰ ਉਸ ਤਹਿਤ ਆ ਉਸ ਪ੍ਰੋਪਰਟੀ ਨੂੰ ਜਿਹੜੀ ਇਹਨੇ ਡਰੱਗਸ ਰਾਹੀਂ ਜੇ ਬਣਾਈ ਹੋਈ ਉਹ ਵੀ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਦੀ ਸੂਰਤ ਹੋਵੇਗੀ ਵੈਸੀ ਕਾਰਵਾਈ ਕੀਤੀ ਜਾਏ। ਅਸੀਂ ਲੇਟਲੀ ਸ਼ਾਮੀ ਲੇਟ ਤੁਹਾਨੂੰ ਦੱਸਿਆ ਅਸੀਂ 15 ਅਗਸਤ ਦੇ ਹੋਰ ਜਿਹੜੇ ਓਪਰੇਸ਼ਨਾਂ ਦੇ ਵਿੱਚ ਚੈਕਿੰਗਾਂ ਦੇ ਵਿੱਚ ਬਾਕੀ ਕਾਫੀ ਕੰਮ ਸੀਗੇ ਉਸ ਵਜ੍ਹਾ ਕਰਕੇ ਉਸ ਵਜ੍ਹਾ ਕਰਕੇ ਅਸੀਂ ਹਾਲੇ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਜੋ ਵੀ ਹੋਵੇਗਾ ਤੁਹਾਨੂੰ ਇਨਫੋਰਮ ਕਰਾਂਗੇ। ਪਹਿਲਾਂ ਵੀ ਗੇੜੇ ਲਾਏ ਨੇ ਉਹ ਸਾਰੇ ਹੀ ਮੈਟਰ ਆਫ ਇਨਵੈਸਟੀਗੇਸ਼ਨ ਆਪ ਜੀ ਨੂੰ ਕਹਿ ਰਹੇ ਹਾਂ ਜਦੋਂ ਹੀ ਅਸੀਂ ਡਿਟੇਲਡ ਥੋੜ੍ਹਾ ਰਿਮਾਂਡ ਲਵਾਂਗੇ ਪੁਲਿਸ ਰਿਮਾਂਡ ਨਾਲ ਪੁੱਛਗਿੱਛ ਕਰਾਂਗੇ। ਸਰ ਮੁੱਢਲੀ ਪੁੱਛਗਿੱਛ ਜੋ ਇਹਨੇ ਕੁਛ ਦੱਸਿਆ ਵੀ ਪਹਿਲਾਂ ਇਹਨੇ ਕਿੰਨੇ ਰਿਵੋਲਵਰ ਮੰਗਵਾਏ ਆ ਜਾਂ ਕਿਸ ਤਰ੍ਹਾਂ ਸਪਲਾਈ ਕਰ ਚੁੱਕਿਆ? ਐਜ਼ ਆਫ ਨਾਓ ਹਾਲੇ 3 ਹੀ ਦੱਸਿਆ, 3 ਦਾ ਹੀ ਪਤਾ ਲੱਗਾ ਜਿਹੜੇ ਸਾਨੂੰ ਲਿੰਕਡ ਬੰਦੇ ਆ ਉਹ ਇਹਨੇ ਕੁਛ ਦੱਸੇ ਆ, ਅਸੀਂ ਉਹਨਾਂ ਨੂੰ ਪ੍ਰੋਪਰਲੀ ਜਦੋਂ ਰਾਊਂਡ ਅਪ ਕਰਾਂਗੇ।